ਮਹਾਨਗਰ 'ਚ ਕੁੱਟਮਾਰ ਦੇ ਮਾਮਲੇ 'ਚ ਵਿਰੋਧੀ ਧਿਰ ਕਈ ਵਾਰ ਦੂਸਰੀ ਧਿਰ 'ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੀ ਹੈ। ਇਸ ਤੋਂ ਬਾਅਦ ਕੁਝ ਦਲਾਲਾਂ ਦੀ ਮਿਲੀ ਭੁਗਤ ਨਾਲ ਆਪਣੇ ਸਰੀਰ 'ਤੇ ਮਾਮੂਲੀ ਸੱਟਾ ਲਾ ਕੇ ਖੁਦ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਦੀ ਡਿਊਟੀ 'ਤੇ ਡਾਕਟਰ ਕੋਲ ਆਪਣੀ MLR ਕਟਵਾਉਣ ਲਈ ਆਉਂਦੇ ਨੇ ਤਾਂ ਜੋ ਉਹ ਵਿਰੋਧੀ ਧਿਰ ਨੂੰ ਫਸਾ ਕੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਡਰਾ ਸਕਣ। ਅਜਿਹੇ ਵੱਧ ਰਹੇ ਮਾਮਲਿਆਂ 'ਚ ਸਿਵਲ ਹਸਪਤਾਲ ਦੇ ਕੁਝ ਇਮਾਨਦਾਰ ਡਾਕਟਰਾਂ ਨੇ ਵੀ ਸਟੈਂਡ ਲਿਆ ਹੈ ਇਸ ਮਾਮਲੇ ਨੂੰ ਲੈ ਕੇ ਅਤੇ ਇਸ ਤੋਂ ਇਲਾਵਾ ਹੋਰ ਮਾਮਲਿਆਂ ਨੂੰ ਲੈ ਕੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਗੀਤਾ ਨੇ ਐਮਰਜੈਂਸੀ ਵਾਰਡ 'ਚ ਰੋਸਟਰ ਅਨੁਸਾਰ ਡਿਊਟੀ ਕਰ ਰਹੇ ਡਾਕਟਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਰਿੰਦਰ ਥਿੰਦ, ਡਾਕਟਰ ਸਤਿੰਦਰ ਬਜਾਜ, ਡਾਕਟਰ ਪਰਮਜੀਤ ਸਿੰਘ ਅਤੇ ਹੋਰ ਕਈ ਨਾਮੀ ਡਾਕਟਰ ਇਸ ਮੀਟਿੰਗ ਵਿੱਚ ਮੌਜੂਦ ਸਨ। ਮੀਟਿੰਗ 'ਚ ਡਾਕਟਰ ਗੀਤਾ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸਿਵਲ ਹਸਪਤਾਲ ਦੇ ਡਾਕਟਰ ਆਪਣੀ ਡਿਊਟੀ ਬਾਖੂਬੀ ਨਿਭਾਉਂਦੇ ਨੇ ਅਤੇ ਐਮਰਜੈਂਸੀ ਵਾਰਡ 'ਚ ਜ਼ਖਮੀ ਲੋਕਾਂ ਦੀ MLR ਜ਼ਰੂਰ ਕੱਟਣ, ਪਰ ਪਹਿਲਾਂ ਜਾਂਚ ਕਰੋ ਕਿ ਸੱਟਾਂ ਸਹੀ ਹਨ ਜਾਂ ਨਹੀਂ। ਜੇਕਰ ਡਿਊਟੀ 'ਤੇ ਮੌਜੂਦ ਡਾਕਟਰਾਂ ਨੂੰ ਲੱਗਦਾ ਹੈ ਕਿ ਸੱਟਾਂ ਖੁਦ ਲਗਾਈਆਂ ਨੇ ਤਾਂ ਡਾਕਟਰ ਅਜਿਹੇ ਲੋਕਾਂ ਖਿਲਾਫ਼ ਲਿਖਣ ਕਿ ਸੱਟਾਂ ਸ਼ੱਕੀ ਨੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਸਰੀਰ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ ਉਸ ਨੂੰ ਸੰਬੰਧਿਤ ਥਾਣੇ ਤੋਂ ਆਪਣਾ ਪੁਲਿਸ ਡਾਕਟਰ ਨੰਬਰ ਲਿਆਉਣ ਲਈ ਕਿਹਾ ਜਾਵੇ। ਡਾਕਟਰ ਗੀਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਾਕਟਰਾਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜੋ ਮਾਹਿਰ ਡਾਕਟਰ 'ਤੇ ਹੈ ਉਸਨੂੰ ਔਨ ਕਾਲ ਤੁਰੰਤ ਐਮਰਜੈਂਸੀ ਵਾਰਡ 'ਚ ਬੁਲਾਇਆ ਜਾਵੇ। ਇਸ ਲਈ ਬਕਾਇਦਾ ਇੱਕ ਰਜਿਸਟਰ ਵੀ ਲਗਾਇਆ ਗਿਆ ਹੈ।